ਧੰਨ ਗੁਰੂ ਗੋਬਿੰਦ ਸਿੰਘ ਜੀ, ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ, ਔਰ ਵੀਡੀਓ ਨੂੰ ਸ਼ੇਅਰ ਕਰਿਓ। ਸਤ ਸੰਗਤ, ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਾਂਗੇ, ਗੁਰਮੁਖ ਪਿਆਰਿਓ ਦਸਮ ਪਿਤਾ ਦੇ ਉਹ ਗੁਪਤ ਬਚਨ ਕਲਯੁਗ 'ਚ ਜਿਨ੍ਹਾਂ ਬਿਨਾਂ ਇਹਨਾਂ 10 ਲੋਕਾਂ ਤੋਂ ਬਚ ਕੇ ਬਾਬਾ ਕੁਲਵੰਤ ਸਿੰਘ ਜੀ ਨੇ ਦੱਸੀਆਂ ਨਿਸ਼ਾਨੀਆਂ ਕਿ ਬੰਦੇ ਇਹ ਬਰਬਾਦ ਕਰਨਗੇ, ਤੁਹਾਨੂੰ ਤੁਹਾਡਾ ਸਾਰਾ ਕੁਝ ਬਰਬਾਦ ਕਰਨਗੇ। ਗੁਰਮੁਖ ਪਿਆਰਿਓ, ਜਿਹੜੇ ਲੋਕਾਂ ਤੋਂ ਸਾਨੂੰ ਵਰਜਿਆ ਗਿਆ ਉਹਨਾਂ ਤੋਂ ਸਾਨੂੰ ਵਰਜ ਕੇ ਰਹਿਣਾ ਚਾਹੀਦਾ ਹੈ। ਸੋ ਮੈਂ ਕੁਝ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨੀਆਂ ਨੇ ਇਸ ਵਿਸ਼ੇ 'ਤੇ। ਪਹਿਲਾਂ ਤਾਂ ਫਤਿਹ ਬੁਲਾਓ, ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਆਪਾਂ ਸਾਰੇ ਵੇਖਦੇ ਹਾਂ ਲਗਾਤਾਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਸੰਸਾਰ ਦੇ ਵਿੱਚ ਵਾਪਰਦੀਆਂ ਨੇ, ਪਰ ਪਿਆਰਿਓ ਕਈ ਵਾਰੀ ਉਹਨਾਂ ਚੀਜ਼ਾਂ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਆ ਜਾਂਦੀ ਹੈ ਕਿ ਸਤਿਗੁਰੂ ਨੇ ਸਾਨੂੰ ਸਹੀ ਵਰਜਿਆ ਸੀ, ਪਰ ਸਾਡੇ ਲੋਕਾਂ ਨੇ ਉਹਨੂੰ ਸਮਝਿਆ ਨਹੀਂ। ਜੇ ਸਮਝਿਆ ਹੁੰਦਾ ਤਾਂ ਸ਼ਾਇਦ ਅੱਜ ਇਹ ਨੌਬਤ ਨਾ ਆਉਂਦੀ। ਸਾਧ ਸੰਗਤ, ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਰੋਕਿਆ ਸੀ, ਜਦੋਂ ਪੰਜ ਪਿਆਰੇ ਸਹਿਬਾਨ ਅੰਮ੍ਰਿਤ ਛਕਾਉਂਦੇ ਨੇ ਤਾਂ ਉਦੋਂ ਵੀ ਰੋਕਿਆ ਜਾਂਦਾ, ਉਦੋਂ ਵੀ ਕਿਹਾ ਜਾਂਦਾ ਕਿ ਭਾਈ ਇਹ ਚੀਜ਼ਾਂ ਤੋਂ ਤੁਸੀਂ ਹਟ ਕੇ ਰਹਿਣਾ ਹੈ। ਸਿਰ ਗੁੰਮ, ਸਿਰ ਮੁੰਨੇ ਹੋਏ ਲੋਕ, ਕੁੜੀ ਮਾਰ, ਨੜੀ ਮਾਰ, ਅਤੇ ਜਿਹੜੇ ਗੁਰਮਤਿ ਦੀ ਗੱਲ ਨਾ ਕਰਨ, ਡੇਰਾਵਾਦੀ ਲੋਕ, ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਦੀਆਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ। ਸਾਧ ਸੰਗਤ, ਜਿਹਨੇ ਕੋਈ ਗੁਰੂ ਨਾਲ ਧਾਰਨ ਕੀਤਾ ਹੋਵੇ, ਜਿਹਨੂੰ ਨਿਗਰਾ ਕਿਹਾ ਜਾਂਦਾ, ਉਹਦੇ ਤੋਂ ਸਾਨੂੰ ਬਚ ਕੇ ਰਹਿਣ ਦੀ ਹਦਾਇਤ ਕੀਤੀ ਗਈ, ਉਹਦਾ ਸਾਥ ਨਾ ਕਰਨ ਦੀ ਗੱਲ ਕੀਤੀ ਗਈ। ਕੁੜੀ ਮਾਰ, ਨੜੀ ਮਾਰ, ਇਹਨਾਂ ਲੋਕਾਂ ਤੋਂ ਸਾਨੂੰ ਹਦਾਇਤਾਂ ਕੀਤੀਆਂ ਗਈਆਂ ਵੀ ਇਹਨਾਂ ਲੋਕਾਂ ਨਾਲ ਵਰਤਣਾ ਨਹੀਂ, ਰੋਟੀ ਬੇਟੀ ਦੀ ਸਾਂਝ ਬਿਲਕੁਲ ਹੀ ਨਹੀਂ ਕਰਨੀ। ਜਿਹੜੇ ਆਪਣਾ ਗੁਰੂ ਨਹੀਂ ਚੁਣਿਆ, ਜਿਹੜਾ ਗੁਰੂ ਨੂੰ ਆਪਣਾ ਗੁਰੂ ਨਹੀਂ ਮੰਨਦਾ, ਜਿਹੜਾ ਜਗਤ ਜੂਟ ਤੰਬਾਕੂ ਵਰਗੀਆਂ ਚੀਜ਼ਾਂ ਵਰਤਦਾ, ਨਸ਼ਾ ਕਰਦਾ ਹੈ, ਉਹਨਾਂ ਲੋਕਾਂ ਦੇ ਕੋਲੇ ਨਹੀਂ ਢੁੱਕਣਾ, ਉਹਨਾਂ ਲੋਕਾਂ ਦੇ ਬਿਲਕੁਲ ਨੇੜੇ ਤੁਸੀਂ ਜਾਣਾ ਤੱਕ ਨਹੀਂ, ਸਾਥ ਕਰਨਾ ਤਾਂ ਦੂਰ ਦੀ ਗੱਲ ਹੈ। ਸਾਧ ਸੰਗਤ, ਆਪਣੇ ਰਿਸ਼ਤੇ ਨਾਤਿਆਂ ਨੂੰ ਇਸ ਕਦਰ ਨਿਭਾਉਣਾ ਅਤੇ ਤਾਂ ਜੋ ਤੁਹਾਨੂੰ ਕੱਲ੍ਹ ਨੂੰ ਕੋਈ ਪ੍ਰੋਬਲਮ ਨਾ ਆਵੇ। ਸਾਧ ਸੰਗਤ, ਗੁਰੂ ਨੇ ਸਾਨੂੰ ਸਿੱਖੀ ਦਾ ਪ੍ਰਚਾਰ ਕਰਨ ਦੇ ਲਈ ਕਿਹਾ। ਸਤਿਗੁਰ ਨੇ ਕਿਹਾ ਕਿ ਤੁਸੀਂ ਸੰਸਾਰ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਧਾਰਨ ਕਰਕੇ ਵਿਚਰਨਾ ਅਤੇ ਕਦੇ ਵੀ ਉਹਦੇ ਤੋਂ ਮੁਨਕਰ ਨਹੀਂ ਹੋਣਾ। ਅਤੇ ਪਿਆਰਿਓ, ਪਰ ਅਸੀਂ ਤਾਂ ਉਹ ਸਭ ਕੁਛ ਹੀ ਕੀਤਾ। ਲੰਗਰਾਂ ਦੇ ਵਿੱਚ ਇੱਕ ਰਸ ਵਰਤਾਉਣ ਦੇ ਲਈ ਸਾਨੂੰ ਕਿਹਾ, ਅਸੀਂ ਉਹ ਵੀ ਵੱਖਰੇ ਵੱਖਰੇ ਕਰ ਦਿੱਤੇ। ਗੁਰਮੁਖ ਪਿਆਰਿਓ, ਕਮਾਈ ਦੇ ਵਿੱਚ ਉਹ ਦਸਵੰਧ ਕੱਢਣ ਲਈ ਸਾਨੂੰ ਕਿਹਾ, ਪਰ ਅਸੀਂ ਉਹ ਵੀ ਗੱਲ ਨਹੀਂ ਮੰਨੀ। ਗੁਰਮੁਖ ਪਿਆਰਿਓ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਉੱਤੇ ਸਾਨੂੰ ਜੇ ਪਹਿਰਾ ਦੇਣ ਲਈ ਕਿਹਾ, ਅਸੀਂ ਉਹ ਵੀ ਨਹੀਂ ਕੀਤਾ, ਉਹ ਵੀ ਅਸੀਂ ਸਾਈਡ ਕਰ ਦਿੱਤਾ ਸੀਗਾ ਵੀ ਨਹੀਂ, ਇਹ ਗੱਲਾਂ ਨਹੀਂ, ਅਸੀਂ ਤਾਂ ਜੀ ਆਪਣੇ ਹਿਸਾਬ ਨਾਲ ਚੱਲਾਂਗੇ, ਅਸੀਂ ਤਾਂ ਜੀ ਆਪਣੀ ਮਰਜ਼ੀ ਜੀ ਕਰਾਂਗੇ। ਸਾਡੇ ਲੋਕਾਂ ਦੇ ਜਿਹੜੇ ਥੋਟ ਨੇ ਉਹ ਫਿਰ ਇਸ ਤਰ੍ਹਾਂ ਸ਼ੁਰੂ ਹੋ ਜਾਂਦੇ ਨੇ, ਚਲੋ ਕਦੇ ਇਹ ਚੀਜ਼ਾਂ ਬਦਲਣ ਅਤੇ ਸਾਨੂੰ ਇਹਨਾਂ ਚੀਜ਼ਾਂ ਦੀ ਸ਼ਾਇਦ ਸਮਝ ਆਵੇ। ਸਤਿ ਸੰਗਤ, ਇਹ ਬਚਨ ਸਾਨੂੰ ਤਾਂ ਕੀਤੇ ਗਏ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਦੂਰ ਅੰਦੇਸ਼ੀ ਨੂੰ ਤੱਕੀਏ, ਸਤਿਗੁਰੂ ਨੂੰ ਪਤਾ ਸੀ ਵੀ ਕੱਲ੍ਹ ਨੂੰ ਇਹ ਗੱਲਾਂ ਬਾਤਾਂ ਹੋਣਗੀਆਂ, ਸਤਿਗੁਰੂ ਨੂੰ ਪਤਾ ਸੀ ਵੀ ਕੱਲ੍ਹ ਨੂੰ ਇਹ ਗੱਲਾਂ ਬਾਤਾਂ ਚੱਲਣਗੀਆਂ,
ਇਹ ਲੋਕਾਂ ਨੇ ਇੰਜ ਨਹੀਂ ਮੰਨਣਾ। 1708 ਦੇ ਵਿੱਚ ਜਦੋਂ ਨਾਂਦੇੜ ਸਾਹਿਬ ਦੀ ਧਰਤੀ 'ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਪਿਆਰਿਓ, ਉਹ ਹੁਕਮ ਸਤਿਗੁਰੂ ਨੇ ਕੁਝ ਸੋਚ ਸਮਝ ਕੇ ਕੀਤਾ ਸੀ। ਸਤਿਗੁਰੂ ਨੂੰ ਪਤਾ ਸੀ ਵੀ ਇਹ ਤਾਂ ਹੁਕਮ ਵੀ ਮਸਾਂ ਹੀ ਮੰਨਣਗੇ। ਜੇ ਕਿਤੇ ਇਹਨਾਂ ਨੂੰ ਇਹ ਕਹਿ ਦਿੱਤਾ ਵੀ ਭਾਈ ਬੇਨਤੀ ਕਰ ਦਿੱਤੀ, ਇਹਨਾਂ ਨੇ ਨਹੀਂ ਮੰਨਣਾ। ਅੱਜ ਤੇ ਤਾਂ ਹੁਕਮ ਵੀ ਠੀਕ ਠਾਕ ਹੀ ਮੰਨਦੇ ਨੇ। ਕਿਹੜਾ ਕਹਿੰਦਾ ਵੀ ਮੇਰਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਲੋਕਾਂ ਨੇ ਸਿੱਖੀ ਦਾ ਘਾਣ ਕਰ ਦਿੱਤਾ, ਸਭ ਤੋਂ ਵੱਧ ਸਿੱਖੀ ਦਾ ਘਾਣ ਸਾਡੇ ਧਰਮ ਦੇ ਠੇਕੇਦਾਰਾਂ ਨੇ, ਉਹਨਾਂ ਲੋਕਾਂ ਨੇ ਕੀਤਾ ਜਿਹੜੇ ਧਰਮ ਦੇ ਰਾਖੇ ਬਣੇ ਬੈਠੇ ਆ। ਆਪਣਿਆਂ ਲਈ ਕਾਨੂੰਨ ਹੋਰ, ਮਰਜ਼ਾਦਾ ਹੋਰ, ਦੂਜਿਆਂ ਲਈ ਹੋਰ, ਅਤੇ ਸਾਧ ਸੰਗਤ, ਇਹਨਾਂ ਚੀਜ਼ਾਂ ਨੇ ਸਾਡਾ ਬਹੁਤ ਵੱਡਾ ਨੁਕਸਾਨ ਕੀਤਾ। ਗੁਰੂ ਘਰਾਂ ਦੇ ਵਿੱਚ ਸਟਾਲਾਂ ਲਗਾ ਦਿੱਤੀਆਂ ਗਈਆਂ, ਲੰਗਰਾਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਗਈ। ਪਿਆਰਿਓ, ਅਤੇ ਆਪ ਜਦੋਂ ਕਿਸੇ ਹੋਰ ਦਾ ਹੋਵੇ, ਨਹੀਂ ਨਹੀਂ ਗੁਰਮਰਜ਼ਾਦਾ ਅਨੁਸਾਰ ਚੱਲੋ ਜੀ ਸਾਰਾ ਕੁਝ। ਜਦੋਂ ਆਪਣੇ ਹੋਵੇ ਫਿਰ ਸਾਰਾ ਕੁਝ ਟੇਬਲਾਂ ਅਤੇ ਮੇਜ਼ਾਂ 'ਤੇ ਚੱਲਦਾ ਹੁੰਦਾ। ਸਤਿ ਸੰਗਤ, ਇਹਨਾਂ ਚੀਜ਼ਾਂ ਨੇ ਸਾਡਾ ਨੁਕਸਾਨ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਣੇ ਜਰਾਬਾਂ ਅਤੇ ਕੁਰਸੀਆਂ ਲਾ ਕੇ, ਮੇਜ਼ ਲਾ ਕੇ ਮੀਟਿੰਗਾਂ ਕਰਨ ਵਾਲੇ ਲੋਕ ਦੂਜੇ ਪਾਸੇ ਦੂਜੇ ਬੰਨੇ ਜਾ ਕੇ ਉਹ ਕਹਿੰਦੇ ਨਹੀਂ ਨਹੀਂ ਜੀ, ਸਭ ਕੁਝ ਗੁਰਮਰਜ਼ਾਦਾ ਅਨੁਸਾਰ ਹੋਵੇ। ਜਿੰਨਾ ਸਾਡਾ ਇਹਨਾਂ ਚੀਜ਼ਾਂ ਨੇ ਨੁਕਸਾਨ ਕੀਤਾ, ਉਹਨਾਂ ਕਿਸੇ ਨੇ ਨਹੀਂ ਕੀਤਾ। ਪਿਆਰਿਓ, ਇਹ ਚੀਜ਼ਾਂ ਨੇ ਸਾਨੂੰ ਬਹੁਤ ਪਿੱਛੇ ਕਰ ਦਿੱਤਾ। ਇਸੇ ਕਰਕੇ ਸਤਿਗੁਰ ਨੇ ਕਿਹਾ ਸੀ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦੀਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਤੋ ਮੈਂ ਨਾ ਕਰੋ ਇਨਕੀ ਪ੍ਰਤੀਤ। ਅੱਜ ਲੱਗੇ ਹੋਏ ਮੋਰਚੇ ਫੇਲ ਕਿਹੋ ਜਾਂਦੇ ਆ। ਸਭ ਤੋਂ ਵੱਡੀ ਨਮੋਸ਼ੀ ਦੀ ਗੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਦੇ ਵਿੱਚ ਅਸੀਂ ਫੇਲ ਹੋਇਆ। ਪੂਰੇ 9 ਸਾਲ ਹੋ ਗਏ। ਆ ਅਕਤੂਬਰ ਦੇ ਵਿੱਚ, ਆ ਸਤੰਬਰ ਅਕਤੂਬਰ ਦੇ ਵਿੱਚ ਤੁਸੀਂ ਵੇਖ ਲਓ, ਅਗਲੇ ਮਹੀਨੇ ਤੋਂ 9 ਸਾਲ ਪੂਰੇ ਹੋ ਕੇ 10ਵਾਂ ਸਾਲ ਲੱਗ ਜੂਗਾ, ਪਰ ਸਾਨੂੰ ਇਨਸਾਫ਼ ਨਹੀਂ ਮਿਲਿਆ। ਅਸੀਂ ਇਨਸਾਫ਼ ਨਹੀਂ ਲੈ ਸਕੇ। ਮੋਰਚੇ ਵੀ ਲਾ ਕੇ ਵੇਖ ਲਏ, ਸਭ ਕੁਝ ਕਰ ਲਿਆ, ਪਰ ਸਾਨੂੰ ਇਨਸਾਫ਼ ਨਹੀਂ ਮਿਲਿਆ। ਕਾਰਨ ਕੀ? ਅਸੀਂ ਪਰਪੱਕ ਨਹੀਂ ਹੋਏ ਜੋ ਗੱਲਾਂ ਸਾਨੂੰ ਕਹੀਆਂ। ਕੁੜੀ ਮਾਰ ਨੜੀ ਮਾਰ ਤੋਂ ਸਾਨੂੰ ਕਿਉਂ ਵਰਜਿਆ? ਕੁੜੀ ਮਾਰ ਜਿਹੜੇ ਆਪਣੇ ਧੀਆਂ ਨੂੰ ਆਪਣੇ ਕੁੱਖ ਦੇ ਵਿੱਚ ਕਤਲ ਕਰਵਾ ਦਿੰਦੇ ਨੇ, ਉਹਨਾਂ ਲੋਕਾਂ ਤੋਂ ਸਾਨੂੰ ਵਰਜਿਆ ਗਿਆ। ਉਹਨਾਂ ਲੋਕਾਂ ਤੋਂ ਸਾਨੂੰ ਇਸ ਕਰਕੇ ਵਰਜਿਆ ਵੀ ਭਾਈ ਇਹਨਾਂ ਲੋਕਾਂ ਨਾਲ ਲੈਣ ਦੇਣ ਨਹੀਂ ਰੱਖਣਾ, ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ। ਨੜੀ ਮਾਰ ਕੌਣ? ਜਿਹੜੇ ਲੋਕ ਗੁਰੂ ਤੋਂ ਉਲਟ ਜਾ ਕੇ ਕੰਮ ਕਰਦੇ ਨੇ, ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਨੇ, ਇਹਨਾਂ ਲੋਕਾਂ ਨਾਲ ਕਿਸੇ ਪ੍ਰਕਾਰ ਦੀ ਸਾਂਝ ਨਹੀਂ ਰੱਖਣੀ। ਔਰ ਸਾਧ ਸੰਗਤ, ਸਿਰ ਗੁੰਮ ਘੋਨੇ ਮੋਨੇ ਲੋਕ ਅੱਜ ਦੇ ਟਾਈਮ ਦੇ ਵਿੱਚ ਇਹ ਗੱਲਾਂ ਜੇ ਕਿਸੇ ਨੂੰ ਕਹਿ ਦਿਓ ਤਾਂ ਬੰਦਾ ਕਹਿੰਦਾ ਨਾ ਜੀ, ਇਹ ਤਾਂ ਜੀ ਹੋਰ ਹੀ ਕੁਛ ਸੁਣਾਈ ਜਾਂਦੇ ਆ। ਸਾਧ ਸੰਗਤ, ਅੱਜ ਤੋਂ 20-25 ਸਾਲ 22 ਕੁ ਸਾਲ ਪਿੱਛੇ ਵੇਖੋ, ਹਰ ਇੱਕ ਦੇ ਸਿਰ 'ਤੇ ਕੇਸ ਸੀ, ਹਰ ਇੱਕ ਦੇ ਸਿਰ 'ਤੇ ਜਿਹੜੀ ਦਸਤਾਰ ਸੀ, ਪਰ ਅੱਜ ਸਾਰੀਆਂ ਚੀਜ਼ਾਂ ਵਗੈਬ ਹੋ ਗਈਆਂ। ਮੈਂ ਹੈਰਾਨੀ ਨਾਲ ਕਹਿੰਦਾ ਹੁੰਦਾ ਕਿ ਆਪਣੀਆਂ ਮੋਟਰ ਕਾਰਾਂ, ਗੱਡੀਆਂ ਕਾਰਾਂ 'ਤੇ ਸਾਨੂੰ ਜਿਹੜਾ ਹੈ ਲਿਖ ਕੇ ਦੱਸਣਾ ਪੈਂਦਾ ਪੁੱਤ ਸਰਦਾਰਾਂ ਦੇ, ਜਦਕਿ ਅਸੀਂ ਹੈਗੇ ਹਾਂ ਪਰ ਉਹੋ ਜਿਹੀ ਪਹਿਚਾਣ ਨਹੀਂ ਰੱਖੀ। ਪਿਆਰਿਓ, ਸਾਨੂੰ ਲਿਖ ਕੇ ਦੱਸਣਾ ਪੈ ਰਿਹਾ ਵੀ ਅਸੀਂ ਸਰਦਾਰਾਂ ਦੇ ਕਾਕੇ ਹਾਂ, ਅਸੀਂ ਸਰਦਾਰ ਹਾਂ। ਪਿਆਰਿਓ, ਇਹ ਸਾਰੀਆਂ ਚੀਜ਼ਾਂ ਸਾਡੇ ਲਈ ਜਿਹੜੀਆਂ ਨੇ ਫੈਸ਼ਲੇਬਲ ਹੋ ਗਈਆਂ। ਕਿਉਂ? ਕਿਉਂਕਿ ਅਸੀਂ ਸਾਂਭੀਆਂ ਨਹੀਂ। ਗੁਰਮੁਖ, ਪਿਆਰਿਓ, ਬਾਬਾ ਕੁਲਵੰਤ ਸਿੰਘ ਜੀ ਨੇ ਇੱਕ ਗੱਲ ਕਹੀ ਸੀ ਸਟੇਜ ਤੋਂ। ਉਹ ਕਹਿੰਦੇ ਸੀ, ਅਸਲ ਦੇ ਵਿੱਚ ਬਾਣੀ ਬਾਣੇ ਦੇ ਧਾਰਨੇ ਬਣੋ ਖਾਲਸਾ ਜੀ। ਜੇਕਰ ਅਸੀਂ, ਠੀਕ ਹੈ, ਬਾਣਾ ਅਸੀਂ ਪਹਿਨੀਏ ਜੋ ਗੁਰੂ ਨੇ 5 ਕਕਾਰ ਦਿੱਤੇ,
ਬਾਣੀ ਦੇ ਧਾਰਨੀ ਬਣੀਏ, ਭਾਵੇਂ ਇੱਕ ਜਪਜੀ ਸਾਹਿਬ ਦਾ ਪਾਠ ਕਮਾਈਏ। ਪੰਜ ਬਾਣੀਆਂ ਦਾ ਅਸੀਂ ਨਿਤਨੇਮ ਕਰਨਾ ਹੀ ਕਰਨਾ, ਪਰ ਪਿਆਰਿਓ ਚਲੋ ਇੱਕ ਪਾਠ ਵੀ ਜਪਜੀ ਸਾਹਿਬ ਦਾ ਜੇ ਕਮਾ ਲਿਆ ਤਾਂ ਪਿਆਰਿਓ ਬਹੁਤ ਵੱਡੀ ਗੱਲ ਹੋਏਗੀ ਅੱਜ ਦੇ ਸਮੇਂ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਜੇ ਅਸੀਂ ਧਾਰਨ ਕਰਾਂਗੇ ਤਾਂ ਗੁਰੂ ਦੇ ਨੇੜੇ ਹੋ ਪਾਵਾਂਗੇ, ਨਹੀਂ ਬਹੁਤ ਦੂਰ ਹੈ ਗੁਰੂ ਦਾ ਘਰ। ਇਹ ਗੱਲ ਯਾਦ ਰੱਖਿਓ, ਬਹੁਤ ਬਰਬਾਦ ਕਰਨਾ ਸਾਨੂੰ ਕਲਯੁੱਗ ਨੇ, ਬਹੁਤ ਖੁਆਰ ਕਰਨਾ ਇਹਨਾਂ ਗੱਲਾਂ ਨੇ ਜੇ ਅਸੀਂ ਨਹੀਂ ਮੰਨਾਂਗੇ ਤਾਂ। ਵਾਹਿਗੁਰੂ ਜੀ ਕਾ ਖਾਲਸਾ।